ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਬੜਾ ਪਾਵਨ ਬਚਨ ਹੈ, ਬਲਹਾਰੀ ਕੁਦਰਤ ਵਸਿਆ, ਸਾਰੀ ਸ੍ਰਿਸ਼ਟੀ ਵਿੱਚ ਉਸ ਪਰਮੇਸ਼ਰ ਦਾ ਆਪ ਵਾਸਾ ਹੈ, ਚਾਹੇ ਉਹ ਧਰਤ ਹੋਵੇ, ਚਾਹੇ ਉਹ ਹਰਿਆਵਲ ਹੋਵੇ, ਕਿਸੇ ਰੂਪ ਵਿੱਚ ਵੀ। ਜੇ ਸਾਰੇ ਪਾਸੇ ਪਰਮੇਸ਼ਰ ਦਾ ਵਾਸਾ ਹੈ ਤਾਂ ਸਾਨੂੰ ਇਹਨਾਂ ਦਰਖਤਾਂ ਨੂੰ, ਇਹਨਾਂ ਫਲ ਬੂਟਿਆਂ ਨੂੰ ਸਾਨੂੰ ਬਚਾਉਣਾ ਪਏਗਾ। ਜਿਵੇਂ ਅਸੀਂ ਸੰਸਾਰੀ ਪੱਧਰ 'ਤੇ ਆਪਣੇ ਸਵਾਰਥ ਲਈ ਅਸੀਂ ਦਵਾਈਆਂ ਛਿੜਕਦੇ ਹਾਂ ਫਸਲਾਂ 'ਤੇ, ਅਸੀਂ ਪਸ਼ੂਆਂ ਨੂੰ ਇੰਜੈਕਸ਼ਨ ਦੇ ਕੇ ਜ਼ਿਆਦਾ ਦੁੱਧ ਦੀ ਭਾਲ ਕਰਦੇ ਹਾਂ, ਪਰ ਇਹਦੇ ਅਸੀਂ ਡੀਪ ਜਾਈਏ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਕਿੰਨਾ ਵੱਡਾ ਇਸ ਸੰਸਾਰ ਦਾ ਨੁਕਸਾਨ ਹੈ, ਅਤੇ ਸਭ ਤੋਂ ਵੱਡੀ ਗੱਲ ਕਿ ਸਾਡਾ ਆਪਣਾ ਨੁਕਸਾਨ ਹੈ। ਜੇ ਅਸੀਂ ਉਸ ਨੁਕਸਾਨ ਨੂੰ ਸਮਝੀਏ, ਕੁਝ ਆਪਣੇ ਫਾਇਦੇ ਲਈ ਅਸੀਂ ਤੁਰੀਏ, ਜੇ ਅਸੀਂ ਮਨੁੱਖਤਾ ਨਾਲ ਪਿਆਰ ਨਹੀਂ ਕਰ ਸਕਦੇ, ਜੇ ਉਹ ਦਵਾਈਆਂ ਵਾਲੇ ਸਬਜ਼ੀਆਂ, ਦਵਾਈਆਂ ਵਾਲੇ ਫਲ ਬੂਟੇ ਜੇ ਸੰਸਾਰ ਵਿੱਚ ਕੋਈ ਵੀ ਖਾਂਦਾ ਹੈ ਤਾਂ ਉਹਦਾ ਲੌਸ ਸਾਨੂੰ ਹੈ, ਕਿਉਂਕਿ ਅਸੀਂ ਉਹ ਪੈਦਾ ਕੀਤੇ ਨੇ, ਅਸੀਂ ਦਵਾਈਆਂ ਪਾਈਆਂ ਨੇ। ਜੇ ਮੱਝਾਂ ਨੂੰ ਅਸੀਂ ਇੰਜੈਕਸ਼ਨ ਦਿੰਦੇ ਹਾਂ, ਗਾਵਾਂ ਨੂੰ ਇੰਜੈਕਸ਼ਨ ਦਿੰਦੇ ਹਾਂ, ਉਹ ਦੁੱਧ ਅਸੀਂ ਚਾਹੇ ਮਹਿੰਗੇ ਭਾਅ ਵਿੱਚ ਦੀ, ਪਰ ਜੇ ਉਸ ਤੋਂ ਪੀ ਕੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਜ਼ਿੰਮੇਵਾਰ ਖੁਦ ਅਸੀਂ ਹਾਂ। ਜਿਵੇਂ ਅੰਦਰਲੇ ਤਲ 'ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਣ ਗਾਵਤ ਮਨ ਹਰਿਆ ਹੋਵੇ, ਜੇ ਅੰਦਰਲੇ ਤਲ 'ਤੇ ਜੇ ਗੁਣ ਗਾਉਣ ਨਾਲ ਮਨ ਹਰਿਆ ਹੁੰਦਾ ਹੈ, ਹਰਿਆਲੀ ਦੀ ਕਿੰਨੀ ਕੀਮਤ ਹੈ, ਚਾਹੇ ਉਹ ਪਰਮਾਰਥ ਦੇ ਰਸਤੇ 'ਤੇ ਲੈ ਲਈਏ, ਚਾਹੇ ਬਾਹਰੀ ਤਲ 'ਤੇ ਲੈ ਲਈਏ। ਪਰਮਾਰਥੀ ਇਤਿਹਾਸ ਸਭ ਗਵਾਹ ਨੇ ਜਿਹੜੇ ਨਾਮ ਜਪਦੇ ਨੇ ਕਿ ਹਰਿਆਵਲ ਦੀ ਕਿੰਨੀ ਕੀਮਤ ਹੈ। ਹਰਿਆ ਮਨ ਅਸੀਂ ਬਾਰ ਬਾਰ ਬਾਣੀ ਵਿੱਚ ਪੜ੍ਹਦੇ ਹਾਂ, ਮੇਰਾ ਮਨ ਤਨ ਹਰਿਆ ਹੋਏ, ਇਹ ਹਰਿਆਵਲ ਦੀ ਬੜੀ ਕੀਮਤ ਹੈ। ਇਸ ਹਰਿਆਵਲ ਨੂੰ ਅਸੀਂ ਸਾਰੇ ਮਿਲ ਕੇ ਬਚਾਈਏ, ਤਾਂ ਹੀ ਅਸੀਂ ਜੋ ਆਪਣੇ ਜੀਵਨ ਨੂੰ ਵੀ ਸਫਲ ਕਰ ਸਕਾਂਗੇ, ਲੋਕ ਨੂੰ ਵੀ ਸਫਲ ਕਰ ਸਕਾਂਗੇ, ਪਰ ਲੋਕ ਨੂੰ ਵੀ ਸਫਲ ਕਰ ਸਕਾਂਗੇ। ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਬਲਮ ਸਾਡੀ ਆਪਣੀ ਕ੍ਰੀਏਟ ਕੀਤੀ ਹੋਈ ਹੈ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ। ਗੁਰੂ ਸਾਹਿਬ ਕੁਦਰਤ 'ਚ ਵੱਸਦੇ ਨੇ ਅਤੇ ਗੁਰੂ ਸਾਹਿਬ ਸਾਡੀ ਆਪ ਰਾਖੀ ਕਰਨਗੇ, ਇਸ ਕਰਕੇ ਉਹਨਾਂ ਵਿਸ਼ਿਆਂ ਤੋਂ ਬਚਿਆ ਜਾਵੇ ਕਿ ਇਸ ਤਰ੍ਹਾਂ ਅਸੀਂ ਜੇ ਅਸੀਂ ਫਸਲਾਂ ਨੂੰ ਕੱਟ ਕੇ, ਅਸੀਂ ਦਵਾਈਆਂ ਪਾ ਕੇ ਛਿੜਕ ਕੇ, ਜਾਂ ਅਸੀਂ ਦਰਖਤਾਂ ਨੂੰ ਕੱਟ ਕੇ ਆਪਣੀਆਂ ਲੋੜਾਂ ਪੂਰੀਆਂ ਕਰੀਏ, ਪਰ ਜਿਨ੍ਹਾਂ ਨੂੰ ਅਸੀਂ ਕੱਢ ਦਿੱਤਾ, ਜਿਨ੍ਹਾਂ ਨੂੰ ਅਸੀਂ ਕੱਢ ਕੇ ਆਪਣੇ ਸੁੱਖਾਂ ਦੇ ਸਾਧਨ ਬਣਾ ਲਏ, ਪਰ ਸਾਰੀ ਸ੍ਰਿਸ਼ਟੀ ਲਈ ਉਹਦੇ ਲਈ ਦੁੱਖ ਪੈਦਾ ਕਰ ਦਿੱਤਾ, ਐਸੇ ਸੁੱਖਾਂ ਤੋਂ ਅਸੀਂ ਕੀ ਲੈਣਾ। ਇਸ ਕਰਕੇ ਉਹ ਹੀ ਸੁੱਖ ਪੈਦਾ ਕਰੀਏ ਜਿਹੜੇ ਗੁਰੂ ਸਾਹਿਬ ਆਪ ਚਾਹੁੰਦੇ ਨੇ। ਸੋ ਗੁਰੂ ਸਾਹਿਬ ਦੇ ਇਹ ਜੋ ਬਚਨ 52 ਦੇ ਪਹਿਰਾ ਦੇ ਬਲਹਾਰੀ ਕੁਦਰਤ ਵਸਿਆ, ਇਸ ਕੁਦਰਤ ਨੂੰ ਆਪਾਂ ਇਸ ਸ੍ਰਿਸ਼ਟੀ ਦੇ ਹਰਿਆਵਲ ਨੂੰ ਅਸੀਂ ਬਚਾਈਏ, ਵੱਧ ਤੋਂ ਵੱਧ ਅਸੀਂ ਬੂਟੇ ਲਗਾਈਏ, ਆਪ ਵੀ ਲਗਾਈਏ, ਲੋਕਾਂ ਨੂੰ ਵੀ ਪ੍ਰੇਰੀਏ, ਸੰਗਤਾਂ ਨੂੰ ਵੀ ਪ੍ਰੇਰੀਏ। ਗੱਲ ਸੱਚਾ ਮਿਸ਼ਨ ਹੈ ਅਤੇ ਗੁਰੂ ਸਾਹਿਬ ਨਾਲ ਆਪ ਖੜ੍ਹ ਜਾਂਦੇ ਨੇ। ਸੋ ਮੈਂ ਅਰਦਾਸ ਕਰਦਾ ਹਾਂ ਸਮੂਹ ਸੰਗਤਾਂ ਚਰਨਾਂ ਵਿੱਚ ਕਿ ਆਪ ਜੀ ਵੱਧ ਤੋਂ ਵੱਧ ਇਸ ਕਾਇਨਾਤ ਨੂੰ ਹਰਿਆ ਭਰਿਆ ਕਰੋ, ਆਪਣੇ ਮਨ ਨੂੰ ਵੀ ਹਰਿਆ ਭਰਿਆ ਕਰੋ। ਸਤਿਗੁਰੂ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।